ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਓਨਲੀ ਐਗਰੀਕਲਚਰ ਪੇਜ ਦੇ ਨਾਲ ਤੇ ਮੈਂ ਆ ਬਲਰਾਜ ਸਿੰਘ ਸਿੱਧੂ ਇੱਕ ਵਾਰ ਫਿਰ ਅੱਜ 19 ਅਕਤੂਬਰ 2023 ਦੇ ਨਰਮੇ ਦੀਆਂ ਮੰਡੀਆਂ ਦੇ ਭਾਅ ਤੁਹਾਡੇ ਨਾਲ ਸਾਂਝੇ ਕਰਾਂਗਾ ਸੋ ਸਭ ਤੋਂ ਪਹਿਲਾਂ ਚੱਲਦੇ ਆਂ ਫਾਜ਼ਲਕਾ ਦੀ ਅਬੋਰ ਮੰਡੀ ਦੇ ਵੱਲ ਜਿੱਥੇ ਦੇਸੀ ਕਾਟਨ ਦਾ ਭਾਅ ਰਿਹਾ ਦੋਸਤੋ 7640 ਰੁਪਏ ਪ੍ਰਤੀ ਕੁਇੰਟਲ ਫਾਜਲਕਾਦੀ ਅਬੋਰ ਮੰਡੀ ਦੇ ਵਿੱਚ ਨਰਮਾ ਬੀਟੀ ਕਾਟਨ ਵਿਕੇ ਜੀ 7000 ਰੁਪਏ ਪ੍ਰਤੀ ਕੁਆਂਟਲ ਜਿਆਦਾ ਤੋਂ ਜਿਆਦਾ ਪਾ ਰਿਹਾ ਮਾਨਸਾ ਦੀ ਬਰੇਟਾ ਮੰਡੀ ਦੀ ਗੱਲ ਕਰ ਲੈਣੇ ਆ ਤਾਂ ਉੱਥੇ ਨਰਮੇ ਦਾ ਭਾਜੜਾ ਰਿਹਾ 6930 ਰੁਪਏ ਪ੍ਰਤੀ ਕੁਆਂਟਲ ਮਾਨਸਾ ਦੀ ਬੋਹਾ ਮੰਡੀ ਦੇ ਵਿੱਚ ਹੀ ਨਰਮੇ ਦਾ ਭਾਅ 6920 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮੁਕਸਰ ਦੀ ਮਲੋਟ ਮੰਡੀ ਦੇ ਵਿੱਚ 6690 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਬਠਿੰਡਾ ਦੀ ਮੋਰ ਮੰਡੀ ਦੀ ਗੱਲ ਕਰ ਲੈਂਦੇ ਆ ਤਾਂ 7150 ਰੁਪਏ ਪ੍ਰਤੀ ਕੁਆਂਟਲ ਨਰਮੇ ਦਾ ਪਾਰਿਆ ਹੈ ਜੇਕਰ ਰਾਜਸਥਾਨ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਗੰਗਾ ਨਗਰ ਦੀ ਅਨੂਪਗੜ ਮੰਡੀ ਦੇ ਵਿੱਚ 7650 ਰੁਪਏ ਨਰਮੇ ਦਾ ਪਾਰਿਆ ਹੈ ਗੰਗਾ ਨਗਰ ਦੀ ਅਨੂਪਗੜ ਮੰਡੀ ਦੇ ਵਿੱਚ ਹੀ ਇੱਕ ਨਰਮਾ ਵਿਕਿਆ ਜੀ 7024 ਰੁਪਏ ਪ੍ਰਤੀ ਕੁਆਂਟਲ ਤੇ ਅਜਮੇਰ ਦੀ ਵਿਜੇਨਗਰ ਦੇ ਵਿੱਚ 7425 ਰੁਪਏ ਹਨੂਮਾਨਗੜ੍ਹ ਦੀ ਗੋਲੂ ਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾਰਿਆ 7081 ਰੁਪਏ ਪ੍ਰਤੀ ਕੁਇੰਟਲ ਅਲਵਰ ਦੀ ਖੈਰਤ ਹਾਲ ਮੰਡੀ ਦੇ ਵਿੱਚ 7200 ਰੁਪਏ ਹਨੂਮਾਨਗੜ੍ਹ ਦੇ ਸੂਰਤਗੜ੍ਹ ਦੇ ਵਿੱਚ ਨਰਮੇ ਦਾ ਭਾਰਿਆ 7300 ਰੁਪਏ ਤੇ ਅਜਮੇਰ ਦੀ ਵਿਜੇਨਗਰ ਦੇ ਵਿੱਚ ਗੁਲਾਬਪੁਰਾ ਮੰਡੀ ਦੇ ਵਿੱਚ ਨਰਮੇ ਦਾ ਭਾਰਿਆ 7150 ਰੁਪਏ ਪ੍ਰਤੀ ਕੁਇੰਟਲ ਜੀ ਤੋਂ ਇਸ ਦੇ ਨਾਲ ਹੀ ਹਰਿਆਣਾ ਦੀਆਂ ਮੰਡੀਆਂ ਦੀ ਗੱਲ ਕਰ ਲੈਂਦੇ ਆ ਸਰਸਾ ਦੀ ਡੀਂਗ ਮੰਡੀ ਦੇ ਵਿੱਚ 6781 ਰੁਪਏ ਪ੍ਰਤੀ ਕੁਇੰਟਲ ਹਿਸਾਰ ਦੀ ਹਾਂਸੀ ਮੰਡੀ ਦੇ ਵਿੱਚ 860 ਰੁਪਏ ਹਿਸਾਰ ਦੀ ਹਿਸਾਰ ਮੰਡੀ ਦੇ ਵਿੱਚ 6901 ਰੁਪਏ ਪਵਾਨੀ ਦੀ ਸਵਾਨੀ ਮੰਡੀ ਦੇ ਵਿੱਚ 7000 ਰੁਪਏ ਪ੍ਰਤੀ ਕੁਇੰਟਲ ਤੇ ਤੋਸ਼ਾ ਮੰਡੀ ਦੇ ਵਿੱਚ 70 7000 ਉਚਾਣਾ ਮੰਡੀ ਦੇ ਵਿੱਚ 7210 ਰੁਪਏ ਪ੍ਰਤੀ ਕੁਇੰਟਲ ਨਰਮੇ ਦਾ ਭਾਅ ਰਿਹਾ ਹੈ ਜੀ ਜੇਕਰ ਫਤਿਹਾਬਾਦ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 7014 ਰੁਪਏ ਪ੍ਰਤੀ ਕਵਾਂਟਲ ਐਲਨਾਬਾਦ ਮੰਡੀ ਦੇ ਵਿੱਚ 6975 ਰੁਪਏ ਪ੍ਰਤੀ ਕਵਾਂਟਲ ਬਰਵਾਲਾ ਮੰਡੀ ਦੇ ਵਿੱਚ ਦੇਸੀ ਕਪਾਹ ਦਾ ਭਾਰਿਆ 8244 ਰੁਪਏ ਪ੍ਰਤੀ ਕਵਾਂਟਲ ਤੇ ਨਰਮੇ ਦਾ ਭਾਰਿਆ 7036 ਰੁਪਏ ਪ੍ਰਤੀ ਕਵਾਂਟਲ ਸੋ ਇਹ ਸੀ ਦੋਸਤੋ ਨਰਮੇ ਦੀਆਂ ਮੰਡੀਆਂ ਦੇ ਭਾਅ ਤੁਸੀਂ ਸਾਡੇ ਪੇਜ ਨੂੰ ਫੋਲੋ ਕਰ ਲਿਓ ਜੇਕਰ YouTube ਤੇ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਹੀ ਕਮੈਂਟ ਕਰ ਦਿਓ ਕਿ ਤੁਸੀਂ ਸਾਡੇ ਨਾਲ ਕਿਸ ਮੰਡੀ ਤੋਂ ਜੁੜਦੇ ਹੋ ਧੰਨਵਾਦ